ਦੇਖੋ ਤੁਹਾਡੇ ਸਾਹਮਣੇ ਕਿੰਨੀ ਗਰੀਬੀ ਆ, ਦੇਖ ਨਹੀਂ ਹੁੰਦਾ ਰਾਈਟ। ਔਰ ਅਸੀਂ ਜਿੰਨੇ ਹੁੰਦਾ ਆਪਾਂ ਕਰ ਰਹੇ ਹਾਂ, ਪਰ ਹੋਰ ਬਹੁਤ ਕੁਛ ਕਰਨ ਵਾਲਾ, ਬਹੁਤ ਜ਼ਿਆਦਾ ਕੁਛ ਕਰਨ ਵਾਲਾ। ਦੇਖੋ ਕਿੱਦਾਂ ਉਹ ਕੁੜੀ ਸੀਗੀ ਵਿਚਾਰੀ, ਇਕੱਲੀ ਕੁੜੀ ਸੀਗੀ ਜਿਹੜੀ ਸਟੇਜ 'ਤੇ ਆਈ ਸੀ, ਜਿਹਨੂੰ ਆਪਾਂ ਘਰ ਕੱਢਿਆ ਸੀਗਾ ਸਮਝੇ ਨੇ ਇੱਦਾਂ ਲੋਟਰੀ, ਤਾਂ ਉਹ ਘਰ ਬਣਾ ਕਿੱਦਾਂ ਰੋਂਦੀ ਸੀਗੀ। ਬੜਾ ਮੈਨੂੰ ਆਇਆ, ਮੈਂ ਕਿਹਾ ਯਾਰ ਦੇਖੋ ਕਿੱਦਾਂ ਜ਼ਿੰਦਗੀ ਆ, ਇੱਕ ਕੁੜੀ ਉਹਦੇ ਵੀ ਗਾਂ ਕੁੜੀ, ਤਾਂ ਕਿਸੇ ਸਾਧਨ ਹੈ ਨਹੀਂ ਕੋਈ ਇਨਕਮ ਦਾ ਰਾਈਟ। ਥੋੜ੍ਹੀ ਥੋੜ੍ਹੀ ਜਿਹੀ ਜੋਬ ਕਰਦੀ ਆ, ਮੈਂ ਕਹਿੰਦਾ ਕਹਿੰਦੀ 3-4 ਹਜ਼ਾਰ ਰੁਪਇਆ, ਦੱਸੋ ਅੱਜ ਕੱਲ੍ਹ ਸਮੇਂ 'ਤੇ ਕਿੱਦਾਂ 3 ਹਜ਼ਾਰ ਹੈ। ਇਹੋ ਜਿਹੇ ਤਜ਼ਰਬੇ ਤੁਹਾਡੇ ਨਾਲ ਪਹਿਲਾਂ ਵੀ ਹੁੰਦੇ ਰਹੇ ਜਾਂ ਇਹ ਪਹਿਲਾ ਖਾਸ ਤਜ਼ਰਬਾ ਸੀਗਾ? ਛੋਟੇ ਲੈਵਲ 'ਤੇ, ਆਹ ਤਾਂ ਸਾਰੇ ਰੈਕੋਰਡ ਟੁੱਟ ਗਏ, ਪਤਾ ਸੀ ਵੀ ਪਬਲਿਕ ਕਿੰਨੀ ਆਊਗੀ, ਪਤਾ ਤਾਂ ਬਹੁਤ ਜ਼ਿਆਦਾ ਸੀ। ਕਿੰਨੇ ਲੋਕਾਂ ਨੂੰ ਤੁਸੀਂ ਸੋਚ ਰਹੇ ਹੋ ਕਿ ਘਰਾਂ ਨੂੰ ਛੱਤ ਦੇਣੀ ਹੈ ਬਣਾ ਕੇ? ਘਰ ਤੋਂ ਆਪਣੇ ਚਾਲੂ ਰਹਿੰਦੇ ਹਰ ਵੇਲੇ, ਉਹ ਥਰੂ ਦੇ ਯੀਅਰ ਆਪਾਂ ਬਣਾਉਂਦੇ ਰਹਿੰਦੇ ਹਾਂ। ਕਿੰਨੇ ਘਰ ਬਣਾ ਚੁੱਕੇ ਹੋ, ਕੋਈ ਐਸਟੀਮੇਟ ਹੈਗਾ? ਹੁਣ 7 ਹਜ਼ਾਰ ਦੇ ਉੱਤੇ ਬਣਾ ਚੁੱਕੇ ਜੀ। 7 ਹਜ਼ਾਰ? 7 ਹਜ਼ਾਰ ਤੋਂ ਉੱਤੇ ਬਣਾ ਚੁੱਕੇ ਹਾਂ। ਹਾਂਜੀ। ਕੀ ਫੀਲ ਹੁੰਦਾ, ਪਰਿਵਾਰ ਕੀ ਕਹਿੰਦਾ? ਫਿਰ ਇੰਨੇ ਖੁਸ਼ ਆ ਸਾਰੇ, ਹੈ ਨਾ, ਬਾਹਲੇ ਖੁਸ਼ ਆ, ਕਹਿੰਦੇ ਬਹੁਤ ਚੰਗਾ ਸਾਨੂੰ ਤੁਸੀਂ ਸਾਨੂੰ ਲੈ ਕੇ ਆਏ, ਥੋੜ੍ਹੀ ਧੱਕਾ ਧੱਕਾ ਜਿਹਾ ਲਾਉਣਾ ਪਿਆ, ਜਿੱਦਾਂ ਆ ਕੇ ਦੇਖੋ ਤਾਂ ਸਹੀ, ਤਾਂ ਹੁਣ ਦੇਖੋ ਆਪੇ ਹੱਥੀਂ ਸੇਵਾ ਕਰਦੇ ਹਾਂ। ਤੁਹਾਡਾ ਟਰੱਸਟ ਵੀ ਚੱਲਦਾ ਜਾਂ ਤੁਸੀਂ ਆਪਦੇ ਤੌਰ 'ਤੇ, ਨਿੱਜੀ ਤੌਰ 'ਤੇ ਸਾਰੀ ਇਹ ਸੇਵਾ ਨਿਭਾਉਂਦੇ ਹੋ? ਨਹੀਂ ਜੀ, ਕੋਈ ਟਰੱਸਟ ਨਹੀਂ, ਆਪਣੇ ਆਪ ਹੀ। ਸਾਡੇ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਇਹ ਧਾਰਨਾ ਹੈ ਕਿ ਜਿਹੜਾ ਬਾਹਰ ਚਲਾ ਗਿਆ ਉਹ ਮੂੰਹ ਨਹੀਂ ਕਰਦਾ, ਦੂਜੇ ਦੀ ਕੋਈ ਬਾਂਹ ਨਹੀਂ ਫੜਦਾ ਉੱਥੇ, ਪਰ ਇਹ ਸ਼ਾਨਦਾਰ ਐਗਜ਼ਾਮਪਲ ਤੁਸੀਂ ਇਹ ਵੀ ਸੈੱਟ ਕੀਤਾ ਕਿ ਜਿਹੜੇ ਤੁਹਾਨੂੰ ਲੱਗੇ ਲੋੜਵੰਦ ਲੋਕ ਉਹਨਾਂ ਨੂੰ ਵੀ ਸੈੱਟ ਕੀਤਾ, ਇਕੱਲਾ ਆਪਦਾ ਘਰ ਹੀ ਨਹੀਂ ਭਰਿਆ, ਬਾਕੀਆਂ ਨੂੰ ਵੀ ਦੇਖਦੇ ਕਿ ਨਿੱਜਰ ਸਾਹਿਬ ਨੇ ਆਪਦੇ ਸਾਰੇ ਰਿਸ਼ਤੇਦਾਰ ਇੰਗਲੈਂਡ ਸੈੱਟ ਕਰਤੇ ਆ। ਹਾਂਜੀ, ਪਹਿਲਾਂ ਬਹੁਤ ਰੈਸਟੋਰੈਂਟ ਗਿਆ ਜੀ, ਸਾਰੇ ਸੈੱਟ ਆ। ਹਾਂਜੀ, ਮਾਰੇ ਘਰ ਇੰਗਲੈਂਡ ਦੇ ਵੱਡੇ ਕਾਰੋਬਾਰੀ ਅਤੇ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਜਰ ਹੁਣਾਂ ਦੇ ਵੱਲੋਂ ਅੱਖਾਂ ਦਾ ਵੱਡਾ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਹਜ਼ਾਰਾਂ ਲੋਕ ਪਹੁੰਚੇ, ਲੋੜਵੰਦ ਲੋਕ ਪਹੁੰਚੇ, ਉਹਨਾਂ ਦੇ ਵੱਲੋਂ ਅੱਖਾਂ ਦਾ ਚੈੱਕਅਪ ਕਰਾਇਆ ਗਿਆ ਔਰ ਮੌਕੇ 'ਤੇ ਉਹਨਾਂ ਦਾ ਇਲਾਜ ਵੀ ਕੀਤਾ ਗਿਆ, ਕਈਆਂ ਨੂੰ ਆਪਰੇਸ਼ਨ ਦੀ ਡੇਟ ਵੀ ਦਿੱਤੀ ਗਈ ਹੈ। ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ, ਧੂਰੀ ਦੇ ਵਿੱਚ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਔਰ ਡਾਕਟਰ ਗੁਰਪ੍ਰੀਤ ਕੌਰ ਮਾਨ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਪਤਨੀ ਨੇ, ਉਹਨਾਂ ਨਾਲ ਇਹ ਜਦੋਂ ਮੁਲਾਕਾਤ ਕਰਨ ਗਏ ਤਾਂ ਉਹਨਾਂ ਨੇ ਰਿਕੁਐਸਟ ਕੀਤੀ ਸੀ, ਉਹਨਾਂ ਨੇ ਸਾਡੇ ਇੰਟਰਵਿਊ 'ਚ ਵੀ ਇਹ ਗੱਲ ਕਹੀ ਕਿ ਅਸੀਂ ਕਿਹਾ ਸੀਗਾ ਕਿ ਧੂਰੀ ਦੇ ਵਿੱਚ ਕੈਂਪ ਲਾਇਆ ਜਾਵੇ, ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਧੂਰੀ 'ਚ ਕੈਂਪ ਔਰਗਨਾਈਜ਼ ਕੀਤਾ। ਅੱਜ ਤਾਂ ਸਾਡੇ ਨਾਲ ਨੇ ਨਿੱਜਰ ਸਾਹਿਬ, ਗੱਲਬਾਤ ਕਰਦੇ ਹਾਂ। ਨਿੱਜਰ ਸਾਹਿਬ, ਕਿਵੇਂ ਦਾ ਰਿਸਪੌਂਸ ਤੁਹਾਨੂੰ ਲੱਗਦਾ, ਕਿਉਂਕਿ ਹਜ਼ਾਰਾਂ ਹੀ ਲੋਕ ਸੀਗੇ, ਜਿੱਧਰ ਨੂੰ ਵੀ ਤੁਸੀਂ ਜਾ ਰਹੇ ਸੀ ਉੱਧਰ ਨੂੰ ਲੋਕ ਤੁਹਾਡੇ ਨਾਲ ਮੁਲਾਕਾਤ ਕਰਨ ਦੇ ਲਈ ਆ ਰਹੇ ਸੀ, ਇਹੋ ਜਿਹੇ ਤਜ਼ਰਬੇ ਤੁਹਾਡੇ ਨਾਲ ਪਹਿਲਾਂ ਵੀ ਹੁੰਦੇ ਰਹੇ ਜਾਂ ਇਹ ਪਹਿਲਾ ਖਾਸ ਤਜ਼ਰਬਾ ਸੀਗਾ? ਛੋਟੇ ਲੈਵਲ 'ਤੇ, ਆਹ ਤਾਂ ਸਾਰੇ ਰੈਕੋਰਡ ਟੁੱਟ ਗਏ, ਪਤਾ ਸੀ ਵੀ ਪਬਲਿਕ ਕਿੰਨੀ ਆਊਗੀ, ਪਤਾ ਤਾਂ ਬਹੁਤ ਜ਼ਿਆਦਾ ਸੀਗੇ, 10-10 ਹਜ਼ਾਰ ਤੱਕ, 7 ਹਜ਼ਾਰ ਬੰਦਾ ਕਹਿੰਦਾ ਆ ਚੁੱਕਾ ਸੀਗਾ, ਤਾਂ ਹੁਣ ਜੋ ਆਏ ਹੁਣ 2:30-3 ਵਜੇ ਹਾਲ ਵੀ ਲੋਕ ਆਉਂਦੇ ਸੀਗੇ, ਲੋੜਵੰਦ ਨੌਨੇ ਜੋ ਵਿਚਾਰੇ ਨੇ। ਹਾਂਜੀ, ਕਿਵੇਂ ਤੁਸੀਂ ਮੁਲਾਕਾਤ ਕੀਤੀ ਜਦੋਂ ਡਾਕਟਰ ਗੁਰਪ੍ਰੀਤ ਮਾਨ ਹੋਣਾ ਦੇ ਨਾਲ, ਔਰ ਉਹਨਾਂ ਨੇ ਤੁਹਾਨੂੰ ਕਿਹਾ, ਫਿਰ ਤੁਹਾਨੂੰ ਲੱਗਦਾ ਕਿ ਠੀਕ ਹੀ ਡਿਸੀਜਨ ਸੀਗਾ, ਕਿਉਂਕਿ ਔਰਗਨਾਈਜ਼ ਵੀ ਬੜਾ ਜ਼ਬਰਦਸਤ ਕੀਤਾ ਤੁਸੀਂ ਪ੍ਰੋਗਰਾਮ? ਹਾਂਜੀ ਬਿਲਕੁਲ ਜੀ, 100% ਸਹੀ ਸੀਗਾ। ਦੇਖੋ ਤੁਹਾਡੇ ਸਾਹਮਣੇ ਕਿੰਨੀ ਗਰੀਬੀ ਆ, ਦੇਖ ਨਹੀਂ ਹੁੰਦਾ ਰਾਈਟ। ਔਰ ਅਸੀਂ ਜਿੰਨੇ ਹੁੰਦਾ ਆਪਾਂ ਕਰ ਰਹੇ ਹਾਂ, ਪਰ ਹੋਰ ਬਹੁਤ ਕੁਛ ਕਰਨ ਵਾਲਾ, ਬਹੁਤ ਜ਼ਿਆਦਾ ਕੁਛ ਕਰਨ ਵਾਲਾ। ਦੇਖੋ ਕਿੱਦਾਂ ਉਹ ਕੁੜੀ ਸੀਗੀ ਵਿਚਾਰੀ, ਇਕੱਲੀ ਕੁੜੀ ਸੀਗੀ ਜਿਹੜੀ ਸਟੇਜ 'ਤੇ ਆਈ ਸੀ, ਜਿਹਨੂੰ ਆਪਾਂ ਘਰ ਕੱਢਿਆ ਸੀਗਾ ਸਮਝੇ ਨੇ ਇੱਦਾਂ ਲੋਟਰੀ, ਤਾਂ ਉਹ ਘਰ ਬਣਾ ਕਿੱਦਾਂ ਰੋਂਦੀ ਸੀ, ਇੱਕ ਉਹਦੀ ਛੋਟੀ ਜਿਹੀ ਬੱਚੀ ਹੈ, ਪਹਿਲੇ ਵੀ ਮਿਲੇ ਸੀ ਇੱਥੇ, ਕਹਿੰਦੇ ਪੁਲਿਸ ਮੇਰਾ ਘਰ ਬਣਾ ਦਿਓ, ਮੈਂ ਕਿਹਾ ਉਦੋਂ ਆਓ ਉਦੋਂ ਤੁਹਾਨੂੰ ਜੋ ਮਾਰੇ ਕਿਰਪਾ ਕਰਨ, ਉੱਧਰ ਬਣਾਉਣੇ ਤਾਂ ਸਾਰਿਆਂ ਦੇ ਆ, ਪਹਿਲਾਂ 3 ਕੱਢੇ ਜਿਹੜੇ ਪਹਿਲਾਂ ਬਣਾਉਣੇ ਆ। ਹਾਂਜੀ, ਕਿੰਨੇ ਲੋਕਾਂ ਨੂੰ ਘਰ ਬਣਵਾ ਕੇ ਦੇਣ ਦਾ ਤੁਸੀਂ ਪ੍ਰਣ ਕੀਤਾ ਹੋਇਆ, ਕਿੰਨੇ ਲੋਕਾਂ ਨੂੰ ਤੁਸੀਂ ਸੋਚ ਰਹੇ ਹੋ ਕਿ ਘਰਾਂ ਨੂੰ ਛੱਤ ਦੇਣੀ ਹੈ ਬਣਾ ਕੇ? ਘਰ ਤੋਂ ਆਪਣੇ ਚਾਲੂ ਰਹਿੰਦੇ ਹਰ ਵੇਲੇ, ਉਹ ਥਰੂ ਦੇ ਯੀਅਰ ਆਪਾਂ ਬਣਾਉਂਦੇ ਰਹਿੰਦੇ ਹਾਂ। ਕਿੰਨੇ ਘਰ ਬਣਾ ਚੁੱਕੇ ਹੋ, ਕੋਈ ਐਸਟੀਮੇਟ ਹੈਗਾ? ਹੁਣ 7 ਹਜ਼ਾਰ ਦੇ ਉੱਤੇ ਬਣਾ ਚੁੱਕੇ ਜੀ। 7 ਹਜ਼ਾਰ? ਹਾਂਜੀ, 7 ਹਜ਼ਾਰ ਦੇ ਉੱਤੇ ਬਣਾ ਚੁੱਕੇ ਹਾਂ। ਹਾਂਜੀ, 7 ਹਜ਼ਾਰ? ਹਾਂਜੀ, ਇਹਦੀ ਅੱਗੇ ਇਸੇ ਤਰੀਕੇ ਨਾਲ ਪ੍ਰੋਸੈਸ ਚੱਲਦਾ ਰਹੂ। ਹਾਂਜੀ, ਆਪਣੇ ਹਰਮੀਤ ਪਠਾਮਾ ਜਿਹੜੇ ਉਹਦੇ ਨੂੰ ਕਿਹਾ ਗਿਆ ਸੀ ਕਿ 20 ਬਣਾਉਣੇ ਆ, ਹੁਣ ਗਰੁੱਪ ਜੀ ਮਾਨ ਜੀ ਉਹ ਵੀ ਕਹਿੰਦੇ ਹੋਰ 20 ਦੀ ਲਿਸਟ ਦਿੱਤੀ ਆ, 15-20 ਆਪਾਂ ਦੇਖਿਓ ਆ, ਚੱਲੀ ਜਾਂਦਾ ਜਿੱਦਾਂ
ਉਹਨਾਂ ਨਾਲ ਬੜਾ ਆਪਾਂ ਨਹੀਂ ਹਾਈਲਾਈਟ ਕਰਦੇ ਜਿੱਦਾਂ। ਹਾਂ, ਕਿਵੇਂ ਦਾ ਮਹਿਸੂਸ ਤੁਸੀਂ ਖੁਦ ਵੀ, ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਸੀ, ਸ਼ਿਲਪਾ ਸ਼ੈਟੀ ਉਹਨਾਂ ਨੂੰ ਤੁਸੀਂ ਬੁਲਾਇਆ ਉਹ ਵੀ ਰੋ ਰਹੇ ਸੀਗੇ ਸਟੇਜ ਦੇ ਉੱਪਰ ਜੋ ਤੁਸੀਂ ਕੁੜੀ ਨੂੰ ਘੁੱਟ ਕੇ ਜੱਫੀ ਪਾਈ ਗੱਲ ਆਇਆ, ਔਰ ਹੋਰ ਵੀ ਸਾਰੇ ਲੋਕਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਸੀਗੇ, ਉਹ ਫੀਲ ਕਿਹੋ ਜਿਹਾ ਸੀਗਾ ਉਹ? ਦੇਖੋ ਤੁਸੀਂ ਇੰਨੀ ਗਰੀਬ ਹੈ ਵਿਚਾਰੀ, ਉਹਨੇ ਜਿੱਦਾਂ ਮੈਨੂੰ ਮਰ ਜਾ ਦੱਸਿਆ, ਜਿੱਦਾਂ ਜੋ ਪਹਿਲਾਂ ਦੱਸਦੇ ਭਾਈ ਆ ਇੱਥੇ ਲਿਆ ਕੇ ਬਿਠਾ ਲਿਓ ਆ, ਉਹ ਇੱਕ ਲੜਕੀ ਉਹ ਛੋੜੀ ਜੀ ਉਹ ਆ ਹੋਰ ਹੈ ਨਹੀਂ ਕੋਈ ਵੀ ਉਹਦਾ ਘਰ ਦਾ, ਤਾਂ ਮੇਰੇ ਬੜਾ ਮਨ ਆਇਆ, ਮੈਂ ਕਿਹਾ ਯਾਰ ਦੇਖੋ ਕਿੱਦਾਂ ਜ਼ਿੰਦਗੀ ਆ, ਇੱਕ ਕੁੜੀ ਉਹਦੇ ਵੀ ਗਾਂ ਕੁੜੀ, ਤਾਂ ਕਿਸੇ ਸਾਧਨ ਹੈ ਨਹੀਂ ਕੋਈ ਇਨਕਮ ਦਾ, ਰਾਈਟ, ਥੋੜ੍ਹੀ ਥੋੜ੍ਹੀ ਜਿਹੀ ਜੋਬ ਕਰਦੀ ਆ, ਮੈਂ ਕਹਿੰਦਾ ਕਹਿੰਦੀ 3-4 ਹਜ਼ਾਰ ਰੁਪਇਆ, ਦੱਸੋ ਅੱਜ ਕੱਲ੍ਹ ਸਮੇਂ 'ਤੇ ਕਿੱਦਾਂ 3 ਹਜ਼ਾਰ ਛੱਡੂਗਾ ਖਾਣ ਵਾਲੇ ਆ, ਤਾਂ ਉਹ ਕਹਿੰਦੀ ਆ ਮੈਂ ਛੱਤ ਚਾਹੀਦੀ ਆ, ਛੱਤ ਹੋ ਜਾਵੇ ਬਾਕੀ ਮੈਂ ਮੈਨੇਜ ਕਰੂੰਗੀ ਹੌਲੀ ਹੌਲੀ, ਜਿੱਦਾਂ ਕੁੜੀ ਬੜੀ ਹੋ ਗਈ, ਤਾਂ ਚਲੋ ਮਾਰੇ ਕਿਰਪਾ ਕਿਤੇ ਬਣਾਏ ਤਾਂ ਉੱਦਾਂ ਵੀ ਸੀਗੇ ਉਹਨਾਂ ਦੇ, ਪਰ ਜਿਹੜਾ ਹੁਣ ਉਹਨਾਂ ਪਹਿਲਾਂ ਬਣ ਜਾਣਾ ਉਹ ਵੱਡੀ ਖੁਸ਼ੀ ਹੋ ਗਈ ਉਹਨੂੰ। ਹਾਂ, ਬਹੁਤ ਸਾਰੇ ਲੋਕ ਇਹੋ ਜਿਹੇ ਵੀ ਮੈਨੂੰ ਲੱਗਦਾ ਤੁਹਾਨੂੰ ਅਸੀਸਾਂ ਦਿੰਦੇ ਹੋਣਗੇ, ਜਿਹੜੇ ਲੋਕ ਜਿਨ੍ਹਾਂ ਕੋਲ ਕੋਈ ਗੁੰਜਾਇਸ਼ ਹੀ ਨਹੀਂ ਹੈ, ਅੱਖਾਂ ਤੋਂ ਰੋਸ਼ਨੀ ਹੈ ਨਹੀਂ ਉਹਨਾਂ ਦੀ, ਬਹੁਤ ਸਾਰੀਆਂ ਬੀਬੀਆਂ ਨੂੰ ਮੈਂ ਮਿਲਿਆ ਇੱਥੇ ਆ ਕੇ, ਉਹ ਕਹਿੰਦੇ ਕਿ ਜਿਉਂਦੇ ਰਹਿਣ ਲੋਕ, ਬਹੁਤ ਅਸੀਸਾਂ ਦੇ ਰਹੇ ਤੁਹਾਨੂੰ, ਬਹੁਤ ਪੁੰਨ ਵੀ ਖੱਟ ਲਿਆ ਮੈਨੂੰ ਲੱਗਦਾ ਤੁਸੀਂ। ਹਾਂਜੀ, ਕਿਰਪਾ ਮਹਾਰਾਜ ਜੀ, ਇਹ ਤਾਂ ਗੱਲ ਸੱਚੀ ਹੈ ਜੀ, ਗੁਰੂ ਨਾਨਕ ਦੇਵ ਜੀ ਦਾ ਰਸਤਾ ਹੈ, ਜੇ ਚੰਗਾ ਕੰਮ ਕਰੋਗੇ ਤਾਂ ਲੋਕਾਂ ਬੜੇ ਚੰਗੇ ਵਾਪਸ, ਹੁਣ ਕਾਫੀ ਹੋਰ ਉੱਥੇ ਹੈਗੇ ਆ ਤਾਂ ਲੋਕ ਜਿਹੜੇ ਜਿਹਨੇ ਮਾਲੀ ਮੱਤ ਜਾਂ ਕੁਛ ਨਾ ਕੁਛ ਇੱਦਾਂ ਘਰ ਵੀ ਹੋਰ ਕਾਫੀ, ਚਲੋ ਮੱਤ ਮੱਤ ਜਾਂਦੇ ਮੁੜ ਕੇ, ਮੈਂ ਕਿਹਾ ਸੀ ਮੈਂ ਤੋਂ ਸਵੇਰੇ ਆਇਓ ਜਿੱਦਾਂ ਕੁਛ ਵੀ ਆ, ਤਾਂ ਹੁਣ ਕੋਸ਼ਿਸ਼ ਕਰਾਂਗੇ ਅਤੇ ਥੋੜ੍ਹੀ ਹੋਰ ਆਪਾਂ ਵਿਸਰ ਕੇ ਕਰ ਸਕੀਏ ਜਿੰਨੇ ਵੱਧ ਵੱਧ। ਇਸ ਤੋਂ ਬਾਅਦ ਹੁਣ ਤੁਹਾਨੂੰ ਅੱਗੇ ਦੀ ਅੱਗੇ ਲਗਾਤਾਰ ਪ੍ਰੋਸੈਸ ਜਾਰੀ ਰਹੂਗਾ ਇਸੇ ਤਰੀਕੇ ਨਾਲ, ਜਿਵੇਂ ਹਰ ਸਾਲ ਬਾਅਦ ਤੁਸੀਂ ਲਾਉਂਦੇ ਹੋ ਕੈਂਪ? ਬਿਲਕੁਲ ਜੀ, ਮਾਰੇ ਕਿਰਪਾ ਕਾਰਨ ਮੋਹਲੇ ਸਾਲ ਵੀ ਹਮੇਸ਼ਾ ਮਾਰੇ ਮੂੰਹ ਰੱਖਣਾ ਚਾਹੀਦਾ, ਰਾਈਟ, ਤਾਂ ਮਾਰੀ ਕਿਰਪਾ ਕਾਰਨ ਮੋਹਲੇ ਸਾਲ ਵੀ ਲਾਵਾਂਗੇ, ਪਰ ਆਹ ਕਾਫੀ ਵੱਡੇ, ਅਸੀਂ ਵੀ ਸੋਚਿਆ ਵੀ ਕਹਿੰਦੇ ਸੀਗੇ ਵੀ ਕਾਫੀ 10,000 ਕੁਛ ਬੰਦਾ ਹੋ ਪਲੱਸ ਹੋ ਜਾਊਗਾ, ਪਰ ਇੰਨਾ ਤਾਂ ਹੋ ਗਿਆ ਹੋਣਾ, ਕਰਕੇ ਲੋਕ ਹਾਲੇ ਵੀ ਆਈ ਜਾਂਦੇ, ਅਸੀਂ ਸਾਰੀ ਗੈਂਤ ਜਿਹੜੀ ਸੀਗੀ 10 ਵਜੇ ਤੱਕ ਸੀਗੀ, ਜੇ 7,000 ਦੀ ਸੀਗੀ, ਚਲੋ ਮੈਂ ਤਾਂ ਬਿਜ਼ੀ ਗਿਆ, ਮੁੜ ਕੇ ਨਹੀਂ ਪੁੱਛਿਆ, ਪਰ ਕਾਫੀ ਲੋਕ ਆ ਸੀ। ਕੀ ਫੀਲ ਹੁੰਦਾ, ਪਰਿਵਾਰ ਕੀ ਕਹਿੰਦਾ ਫਿਰ? ਇੰਨੇ ਖੁਸ਼ ਆ ਸਾਰੇ, ਹੈ ਨਾ, ਬਾਹਲੇ ਖੁਸ਼ ਆ, ਕਹਿੰਦੇ ਬਹੁਤ ਚੰਗਾ ਵਾ ਸਾਨੂੰ, ਤੁਸੀਂ ਸਾਨੂੰ ਲੈ ਕੇ ਆਏ, ਥੋੜ੍ਹੀ ਧੱਕਾ ਧੱਕਾ ਜਿਹਾ ਲਾਉਣਾ ਪਿਆ, ਜਿੱਦਾਂ ਆ ਕੇ ਦੇਖੋ ਤਾਂ ਸਹੀ, ਤਾਂ ਹੁਣ ਦੇਖੋ ਆਪ ਇਹ ਹੱਥੀਂ ਸੇਵਾ ਕਰਦੇ ਆ, ਤਾਂ ਬਾਹਰੀ ਕਿਰਪਾ ਕਰਨ ਹੌਲੀ ਆਪਣੇ ਨਾਲ ਜੁੜ ਕੇ ਆਊਗੇ, ਵੀ ਇਕੱਲਾ ਇਕੱਲਾ ਆ ਜਾਣ, ਚਲੋ ਇਕੱਠੇ ਤਾਂ ਨਹੀਂ ਆਉਂਦਾ ਹਰ ਵੇਲੇ, ਕੰਮ ਕਾਰ ਹੁੰਦੇ ਆ, ਤਾਂ ਖੁਸ਼ ਆ ਸਾਰੇ ਆਏ, ਸਾਡੇ ਮਾਈ ਗ੍ਰੈਂਡ ਕਿਡਸ ਆਰ ਵੈਰੀ ਹੈਪੀ ਐਸ ਵੈਲ। ਤੁਹਾਡਾ ਟਰੱਸਟ ਵੀ ਚੱਲਦਾ ਜਾਂ ਤੁਸੀਂ ਆਪਦੇ ਤੌਰ 'ਤੇ ਨਿੱਜੀ ਤੌਰ 'ਤੇ ਸਾਰੀ ਇਹ ਸੇਵਾ ਨਿਭਾਉਂਦੇ ਹੋ? ਨਹੀਂ ਜੀ, ਕੋਈ ਟਰੱਸਟ ਨਹੀਂ, ਆਪਣੇ ਆਪ ਹੀ ਆ। ਹਾਂਜੀ, ਵਾਹ, ਹਾਂਜੀ। ਔਰ ਸ਼ੁਰੂਆਤ ਕਿੱਦਾਂ ਸੀਗੀ? ਮੈਂ ਜ਼ਰੂਰ ਚਾਹੁੰਦਾ ਕਿ ਸ਼ੁਰੂਆਤ ਵੀ ਦੱਸੋ ਕਿ ਸ਼ੁਰੂਆਤ ਕਿਵੇਂ ਹੋਈ ਸੀ ਇਸ ਸੇਵਾ ਦੀ, ਸੇਵਾ ਭਾਵਨਾ ਦੀ। ਹਰ ਬੰਦਾ ਚਲੋ ਕੁਛ ਨਾ ਕੁਛ ਕਮਾਉਂਦੇ ਤਾਂ ਸਾਰੇ ਹੀ ਆ, ਕੋਈ ਕਹਿੰਦੇ ਕਿ ਚਲੋ ਦਸਵੰਧ ਕੱਢਾਂਗੇ, ਪਰ ਤੁਸੀਂ ਤਾਂ ਗਰਾਊਂਡ 'ਤੇ ਕੰਮ ਦਿਖ ਰਿਹਾ ਤੁਹਾਡਾ। ਜੀ, ਇਹ ਅੱਗੇ ਵੀ ਤੁਸੀਂ ਸੰਤ ਬਾਬਾ ਦਾ ਸ਼ੈਸ਼ ਕੁੱਲੀ ਵਾਲੇ ਅੰਮ੍ਰਿਤਸਰ ਤੋਂ, ਉਹਨਾਂ ਦੀ ਸੰਗਤ ਕਰਦੇ ਮੱਧ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ, ਪਰ ਉਹਨਾਂ ਨੂੰ ਉਹਨੇ ਸੰਗਤ ਕਰਦੇ ਸੀਗੇ, ਤਾਂ ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਵੀ ਗਰੀਬ ਦੇ ਮੈਂ ਸ਼ਾਦੀ ਕਰ ਦਿਓ, ਰਸਤਾ ਬਣਾ ਦਿਓ, ਭੁੱਖਾਂ ਕੋਈ ਆਪਰੇਸ਼ਨ ਕੋਈ ਵੀ ਇੱਦਾਂ ਕੰਮ ਕਰੋ, ਉਹ ਹਰ ਵੇਲੇ ਜਦੋਂ ਅਸੀਂ ਸੰਗਤ ਕਰੀਦੇ ਹਮੇਸ਼ਾ ਇੱਦਾਂ ਕਹਿੰਦੇ ਹੁੰਦੇ ਗਏ, ਚਲੋ ਥੋੜ੍ਹੀ ਆਪਣੇ ਵੀ ਮਨ ਵਿੱਚ ਹੁੰਦਾ ਇੱਧਰ ਨੂੰ ਤੁਰੀਏ, ਤਾਂ ਜਿੱਦਾਂ ਜਿੱਦਾਂ ਮਾਰੇ ਕੰਮ ਦਾ ਆਇਆ ਉਦੋਂ ਦਾ ਆਪਾਂ ਸੇਵਾ ਉਦੋਂ ਅੰਦਰ ਹੈ। ਪਹਿਲੀ ਵਾਰ ਕਦੋਂ ਤੁਹਾਨੂੰ ਯਾਦ ਹੈ ਕਿ ਕਦੋਂ ਸ਼ੁਰੂਆਤ ਕੀਤੀ ਸੀ, ਜਾਂ ਕਦੋਂ ਥੋਟ, ਕਿਹੜਾ ਥੋਟ ਸੀਗਾ ਉਹ ਕਿ ਭਾਈ ਇਦੋਂ ਹੁਣ ਸੇਵਾ ਸ਼ੁਰੂ ਕਰੀਏ ਆਪਾਂ? ਸ਼ਾਇਦ ਮੇਰੇ ਖਿਆਲ ਲਾਸਟ ਟਾਈਮ ਵੀ ਮੈਂ ਕਿਹਾ ਸੀਗਾ ਚੈਨਲ 'ਤੇ, ਪਤਾ ਨਹੀਂ, ਉਸ ਵੇਲੇ ਅਸੀਂ ਜਲੰਧਰ ਗਏ ਸੀਗੇ, ਉੱਥੇ ਛੱਤ ਪਾਉਣੀ ਸੀ ਗਰੀਬਾਂ ਦੇ ਘਰ ਦੀ, ਤਾਂ ਉੱਥੇ ਇੱਕ ਬਜ਼ੁਰਗ ਸੀਗਾ, ਉਹਨੇ ਆਪਣੇ ਪੋਤੇ ਨੇ ਹੱਕ ਮਾਰੀ ਵੀ ਮੈਨੂੰ, ਉਹਨੇ ਹੱਕ ਮਾਰੀ, ਮੈਂ ਉੱਧਰ ਦੇਖਣਾ ਪਿਆ, ਤਾਂ ਉਹ ਫੜ ਕੇ ਨਾ ਵਾਸ਼ਰੂਮ ਲਈ ਜਾਂਦਾ ਗਾ, ਤਾਂ ਮੈਂ ਸੋਚਦਾ ਸੀਗਾ ਜਦੋਂ ਇਹ ਬੱਚਾ ਸਕੂਲੇ ਜਾਂਦਾ ਕੁਛ ਵੀ ਘੋਣ ਲੈਂਦਾ, ਘਰ ਦੇ ਬਾਹਰ ਜਾਂਦੇ ਕੰਮ ਕੁੰਮ ਕਰ ਕੁਛ ਵੀ, ਤਾਂ ਕੰਮ ਤਾਂ ਤੁਹਾਨੂੰ ਪਤਾ ਕਿੰਨੇ ਥੋੜ੍ਹੇ ਕੰਮ ਪੈਸੇ ਨਹੀਂ ਹੁੰਦੇ, ਤਾਂ ਮੈਂ ਕਿਹਾ ਜੋ ਬਾਅਦ 'ਚ ਕਹਿੰਦੇ ਅਸੀਂ ਕਿੱਲੀਆਂ ਲਾਈਆਂ ਕੰਧ ਵਿੱਚ, ਤਾਂ ਉਹ ਕਿੱਲੀਆਂ ਫੜ ਕੇ ਚੱਲ ਜਾਂਦੇ ਵਾਪਸ ਆ ਜਾਂਦੇ ਆ, ਫਿਰ ਮੈਂ ਸੋਚਿਆ ਕਿੰਨੇ ਪੈਸੇ ਲੱਗਦੇ, ਉਹ ਦੱਸਿਆ ਥੋੜ੍ਹੇ ਬਹੁਤ ਥੋੜ੍ਹੇ ਅਮਾਊਂਟ ਸੀਗੇ, ਉਸ ਲਈ ਓਪਰੇਸ਼ਨ ਹੁੰਦਾ ਗਾ, ਤਾਂ 12 ਸਾਲ ਜਦੋਂ ਹੋ ਗਏ, ਤਾਂ ਫਿਰ ਮੈਂ ਕਿਹਾ ਚਲੋ ਇਹ ਨਾ ਪਹਿਲਾਂ ਓਪਰੇਸ਼ਨ ਕਰਾਉਣੇ ਆ, ਉੱਥੇ ਫਿਰ ਮੇਰੇ ਮਨ 'ਚ ਆ ਯਾਰ ਪੈਸੇ ਤਾਂ ਬਹੁਤ ਥੋੜ੍ਹੇ ਆ, ਮੈਂ ਇੱਧਰ ਵੀ ਤੁਰੀ ਆਵੇ,
ਸੋ ਓਬਵੀਅਸਲੀ ਹੁਣ ਆਪਾਂ ਬਾਰਵਾਂ ਕੈਂਪ ਆਪਣਾ ਉੱਥੋਂ ਹੀ ਤੁਰੇ ਸੀਗੇ ਅਸੀਂ। ਬਹੁਤ ਵੱਡੀ ਕੰਪਨੀ ਹੈ ਤੁਹਾਡੀ, ਫੋਟਲ ਕੰਪਨੀ ਹੈ ਤਾਂ ਹੋਟਲ ਗਰੁੱਪ, ਔਰ ਕੀ ਤੁਸੀਂ ਹੁਣ ਕੰਪਨੀ ਦਾ ਤੁਸੀਂ ਵੀ ਕੰਮ ਕਾਜ ਦੇਖਦੇ ਹੋ ਜਾਂ ਬੱਚਿਆਂ ਨੇ ਟੇਕ ਓਵਰ ਕਰ ਲਿਆ ਬਿਜ਼ਨਸ? ਨਹੀਂ ਬੱਚਿਆਂ ਜੀ, ਬੜਾ ਲੜਕਾ ਤਾਂ ਗੁੱਡੀ ਉਹ ਚਲਾਉਂਦੇ ਇੰਗਲੈਂਡ, ਛੋਟਾ ਲੜਕਾ ਬੜਾ ਡਬਈ ਆ। ਹਾਂਜੀ, ਤੁਸੀਂ ਹਜੇ ਵੀ ਕੰਮ ਕਾਜ ਬਿਜ਼ਨਸ ਸਾਰਾ ਤੁਸੀਂ ਦੇਖਦੇ ਹੋ ਖੁਦ? ਨਹੀਂ ਜੀ, ਨਹੀਂ ਜੀ, ਨਹੀਂ, ਹੁਣ ਬਿਜ਼ਨਸ ਮੈਂ ਤਾਂ ਰਿਟਾਇਰਡ, ਸੈਮੀ ਰਿਟਾਇਰਡ ਰੱਖ ਲਓ। ਮੈਂ ਤਾਂ ਕਦੇ ਕਦੇ ਜਾਵਾਂ ਜਾਂ ਮਿਲਣ ਮੁਣ ਸਟਾਫ ਨੂੰ, ਇੱਦਾਂ ਉੱਦਾਂ ਨਹੀਂ, ਮੇਰੇ ਰੋਲ ਨਹੀਂ ਹੁਣ ਬੜਾ ਹੈਗਾ, ਟੋਟਲੀ ਟੇਕਨ ਓਵਰ, ਵਿਚ ਇਜ਼ ਗੁੱਡ, ਨੈਕਸਟ ਲੈਵਲ 'ਤੇ ਲੈ ਗਿਆ, ਸ਼ਾਇਦ ਸਾਤੋਂ ਨਾਲ ਜਾਂਦੇ ਇਸ ਲੈਵਲ 'ਤੇ, ਬਹੁਤ ਵੱਡੇ ਪੱਧਰ 'ਤੇ ਲੈ ਗਏ ਆ, ਵੱਡੇ ਪੱਧਰ 'ਤੇ ਜਾ ਕੇ। ਔਰ ਤੁਸੀਂ ਹੋਰ ਵੀ ਦੱਸ ਰਹੇ ਸੀ ਮੈਨੂੰ ਇੱਥੇ ਲੋਕ ਕਿ ਕਹਿੰਦੇ ਕਿ ਨਿੱਜਰ ਸਾਹਿਬ ਨੇ ਆਪਦੇ ਸਾਰੇ ਰਿਸ਼ਤੇਦਾਰ ਇੰਗਲੈਂਡ ਸੈੱਟ ਕਰਤੇ ਆ। ਹਾਂਜੀ, ਪਹਿਲਾਂ ਬਹੁਤ ਰੈਸਟੋਰੈਂਟ 'ਚ ਗਿਆ ਜੀ, ਸਾਰੇ ਸੈੱਟ ਆ, ਹਾਂਜੀ ਮਾਰੇ ਕਰ ਪਾਣਾ। ਹਾਂ, ਇਹੋ ਜਿਹੀ ਚੀਜ਼ ਵੀ ਹੁੰਦੀ ਹੈ ਕਹਿੰਦੇ ਕਿ ਜਿਹੜਾ ਬਾਹਰ ਚਲਾ ਜਾਂਦਾ, ਕਿਉਂਕਿ ਸਾਡੇ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਇਹ ਧਾਰਨਾ ਕਿ ਜਿਹੜਾ ਬਾਹਰ ਚਲਾ ਗਿਆ ਉਹ ਮੂੰਹ ਹੀ ਨਹੀਂ ਕਰਦਾ, ਦੂਜੇ ਦੀ ਕੋਈ ਬਾਂਹ ਨਹੀਂ ਫੜਦਾ ਉੱਥੇ। ਪਰ ਇਹ ਸ਼ਾਨਦਾਰ ਐਗਜ਼ਾਮਪਲ ਤੁਸੀਂ ਇਹ ਵੀ ਸੈੱਟ ਕੀਤਾ ਕਿ ਜਿਹੜੇ ਤੁਹਾਨੂੰ ਲੱਗੇ ਲੋੜਵੰਦ ਲੋਕ ਉਹਨਾਂ ਨੂੰ ਵੀ ਸੈੱਟ ਕੀਤਾ, ਇਕੱਲਾ ਆਪਦਾ ਘਰ ਹੀ ਨਹੀਂ ਭਰਿਆ ਬਾਕੀਆਂ ਨੂੰ ਵੀ ਦੇਖਿਆ। ਬਿਲਕੁਲ ਜੀ, ਉਹ ਮੈਂ ਕਹਿੰਦਾ ਪਹਿਲਾਂ ਤਾਂ ਕੁਛ ਆਪਣਾ ਵੀ ਸੀਗਾ, ਸੰਤਾਂ ਵਿੱਚ ਹੋ ਕੇ ਸੰਤ ਜੀ ਵੀ ਕਹਿੰਦੇ ਹੁੰਦੇ ਸੀਗੇ, ਪਰ ਆਪਣੇ ਵਿਵੇਚਕ ਥੋੜ੍ਹਾ ਜਿਹਾ ਹੋਣਾ ਚਾਹੀਦਾ ਬੰਦੇ ਨੂੰ ਵੀ ਮੈਂ ਇੱਦਾਂ ਕੰਮ ਕਰਨੇ ਆ। ਹੁਣ ਤੁਸੀਂ ਸੱਚੀ ਦੱਸੋ, ਜੇ ਅਸੀਂ ਨਾ ਕਰੋਗੇ ਕਰੂਗਾ ਕੌਣ? ਆ ਜਿੰਨੇ ਗਰੀਬ ਵਿਚਾਰੇ ਹੁੰਦੇ ਆ, ਅਮਾਊਂਟ ਨਹੀਂ ਮੈਂ ਦੱਸਦਾ, ਪਰ ਵੱਡੀ ਅਮਾਊਂਟ ਲੱਗਣੀ ਆ, ਔਰ ਇੱਕ ਟੀਕਾ ਲੱਗਣਾ ਬੱਚੇ ਦੇ, ਤਾਂ ਉਹਨੂੰ 1.5 ਸਾਲ ਹੋਰ ਜ਼ਿੰਦਗੀ ਮਿਲ ਜਾਣੀ ਆ, 1.5 ਸਾਲ ਹੋਰ, ਰਾਈਟ? ਤਾਂ ਉਹ ਤਾਂ ਬਹੁਤ ਜ਼ਿਆਦਾ ਪੈਸੇ ਲੱਗ ਰਹੇ ਗਾਹਾਂ, ਅਤੇ ਜਿੰਨੇ ਸਾਲ ਤੋਂ ਸਾਰੇ ਉਹ ਕਹਿੰਦੇ ਸਾਡਾ ਸਾਲ ਨਿਕਲ ਜਾਵੇ ਅਸੀਂ ਗਾਹਾਂ, ਹੋਰ ਕੋਈ ਨਾ ਕੋਈ ਸਾਧਨ ਹੋ ਜਾਊਗਾ। ਮੈਂ ਦੱਸ ਦਿੰਦਾ, ਵੈਸੇ ਉਹਦੇ 16 ਕਰੋੜ ਲੱਗਣਾ, ਪਰ 13 ਕੁ ਲੱਖ ਨਾਲ ਸ਼ਾਇਦ ਉਹਦਾ ਇੱਕ ਵਾਰ ਚੱਲ ਜਾਣਾ ਕੰਮ। ਤੁਸੀਂ ਜਿਹਨਾਂ ਨੂੰ ਕਮਿਟਮੈਂਟ ਕੀਤੀ ਸੀ, ਮੈਂ ਕੋਲੇ ਖੜਾ ਸੁਣ ਰਿਹਾ ਸੀਗਾ। ਅੱਛਾ, ਹਾਂਜੀ, ਉਹ ਦੇਖੋ ਤੁਸੀਂ ਕਿੱਦਾਂ ਬੰਦਾ ਬੈਡ ਦਿਖਾ ਦੋ ਉੱਥੇ, ਕਿੱਦਾਂ ਉਹਦੀ ਵਾਈਫ ਹੁੰਦੀ ਸੀਗੀ, ਕਿੱਦਾਂ ਬਹੁਤ ਇਮੋਸ਼ਨਲ ਸੀਗੀ, ਮੈਂ ਰਿਕਾਰਡ ਵੀ ਕੀਤਾ ਜੀ, ਬਹੁਤ ਹਾਰਡ ਸੀਗਾ। ਸੋ ਮੈਂ ਸੋਚਦਾ ਕਿੱਦਾਂ ਤੁਸੀਂ ਛੱਡ ਸਕਦੇ ਇੱਦਾਂ ਨੂੰ? ਚਲੋ ਮਾਰੇ ਕਿਰਪਾ ਕਰਨ, ਸਾਰਾ ਕੁਛ ਵਧੇ ਫੁੱਲੇ ਤਾਂ ਆਪਾਂ ਕਰੀ ਜਾਵੇ, ਇੱਦਾਂ ਸੇਵਾ ਸਾਰਿਆਂ ਦੀ, ਗਰੀਬਾਂ ਦੀ, ਵਿਚਾਰਿਆਂ ਦੀ। ਲਗਾਤਾਰ ਇਹ ਪ੍ਰੋਜੈਕਟਸ ਜਿਹੜੇ ਚੱਲ ਰਹੇ ਨੇ ਤੁਹਾਡੇ, ਕੈਂਪ ਲਗਾਤਾਰ ਇਸੇ ਤਰੀਕੇ ਨਾਲ ਹਰ ਸਾਲ ਚੱਲਦੇ ਰਹਿਣਗੇ ਇਸੇ ਤਰੀਕੇ? ਬਿਲਕੁਲ ਜੀ, ਹਾਂਜੀ, ਚੱਲ ਬਿਲਕੁਲ ਜੀ। ਡਾਕਟਰ ਗੁਰਪ੍ਰੀਤ ਬਾਂਝ ਜੀ ਕਹਿੰਦੇ ਸੀਗੇ ਵੀ ਮੋਹਲ ਸਲ ਵੀ ਆਪਾਂ ਇੱਧਰ ਹੀ ਰੱਖੀਏ, ਮੈਂ ਕਿਹਾ ਚਲੋ ਦੇਖ ਲਵਾਂਗੇ, ਪਰ ਆਪਾਂ ਅਲੱਗ ਅਲੱਗ ਵੱਖ ਵੱਖ ਡਿਸਟ੍ਰਿਕਟ ਵਿੱਚ ਲਾਉਂਦੇ ਹਾਂ। ਹਾਂਜੀ, ਬਹੁਤ ਵਧੀਆ ਲੱਗਿਆ, ਔਰ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਤੁਸੀਂ ਇੰਨੇ ਵੱਡੇ ਬਿਜ਼ਨਸਮੈਨ ਹੋ ਕੇ ਆਪਦੀ ਧਰਤੀ ਦੇ ਨਾਲ, ਆਪਦੇ ਪੰਜਾਬ ਦੇ ਨਾਲ ਮੋਹ ਬਰਕਰਾਰ ਰੱਖਿਆ, ਔਰ ਲੋਕਾਂ ਦੇ ਨਾਲ, ਔਰ ਖਾਸ ਤੌਰ 'ਤੇ ਜੜ੍ਹਾਂ ਦੇ ਨਾਲ ਜੁੜੇ ਰਹੇ। ਬਹੁਤ ਧੰਨਵਾਦ ਵੀ ਤੁਹਾਡਾ ਸਮਾਂ ਦੇਣ ਲਈ, ਥੈਂਕ ਯੂ। ਤਾਂ ਨਿੱਜਰ ਸਾਹਿਬ ਸਾਡੇ ਨਾਲ ਸੀਗੇ, ਔਰ ਵੱਡੇ ਬਿਜ਼ਨਸਮੈਨ ਨੇ, ਵੱਡਾ ਇਹਨਾਂ ਨੇ ਮਿਹਨਤ ਕਰਕੇ ਨਾਮ ਬਣਾਇਆ, ਆਪਣਾ ਰੁਤਬਾ ਕਾਇਮ ਕੀਤਾ, ਔਰ ਉਸ ਤੋਂ ਬਾਅਦ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਆ। ਤਾਂ ਸਾਡੀ ਵੀ ਕੋਸ਼ਿਸ਼ ਸੀ ਕਿ ਧੂਰੀ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਕੈਂਪ ਔਰਗਨਾਈਜ਼ ਕੀਤਾ, ਤਾਂ ਇਹਨਾਂ ਨੂੰ ਦਿਖਾਈਏ ਵੀ, ਤਾਂ ਕਿ ਹੋਰ ਵੀ ਲੋਕ ਜਿਹੜੇ ਜਿਨ੍ਹਾਂ ਨੇ ਵੱਡੇ ਬਿਜ਼ਨਸ ਸੈਟਲ ਕੀਤੇ ਆ ਉਹ ਲੋਕ ਵੀ ਇਹਨਾਂ ਤੋਂ ਸੇਧ ਵੀ ਲੈਣ, ਔਰ ਉਹ ਵੀ ਘੱਟੋ ਘੱਟ ਦੇਖਣ ਇੱਧਰਲੇ ਬੰਨੇ ਨੂੰ, ਔਰ ਆਪੋ ਆਪਣੇ ਹਿਸਾਬ ਨਾਲ ਜਿੰਨਾ ਕੁ ਕੋਈ ਕਿਸੇ ਦੀ ਮਦਦ ਕਰ ਸਕਦੇ ਆ ਤਾਂ ਉਹ ਲੋਕ ਵੀ ਜ਼ਰੂਰ ਮਦਦ ਕਰਨ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਧੂਰੀ।